ਕੀਤਾ ਸੀ ਬੱਚਿਆਂ ਦੀ ਸੋਹ ਸੋਹ ਦਾ ਤੇਲ ਲੱਗ ਗਿਆ ਤੇ ਸਾਰਾ ਰਿਸ਼ਤੇਦਾਰਾਂ ਦੇ ਘਰ ਜਾਣ ਦਾ ਘਾਟਾ ਹੀ ਹੈ ਪੰਗ ਕਿਵੇਂ ਕਰਾਂਗੇ ਯਾਰ ਇਸ ਚੀਜ਼ ਦਾ ਹੱਲ ਕੀ ਕਰੀ ਜਾਂਦੇ ਹੋ ਮੈਂ ਅੱਜ ਹਿਸਾਬ ਕਰ ਰਿਹਾ ਬੜਾ ਜ਼ਰੂਰੀ ਇਹੋ ਜੇ ਕਿਹੜਾ ਹਿਸਾਬ ਆ ਜਿਹੜਾ ਹਾ ਸਕੈਚ ਪੈਨ ਨਾਲ ਹੁੰਦਾ ਪਿਆ ਪੈਨ ਨਹੀਂ ਸੀ ਮਿਲਿਆ ਤੁਹਾਨੂੰ ਓਹੋ ਇਹ ਬੜਾ ਜ਼ਰੂਰੀ ਹਿਸਾਬ ਹੈ ਇਹ ਸਕੈਚ ਪੈਨ ਨਾਲ ਜਿੰਨਾ ਜ਼ਿਆਦਾ ਵੱਡਾ ਲਿਖਿਆ ਜਾਊਗਾ ਉਨਾ ਜ਼ਿਆਦਾ ਵੱਡਾ ਮੈਨੂੰ ਸਮਝ ਆਊਗਾ ਨਾਲੇ ਬਰੀਕੀ ਨਾਲ ਸਮਝੂਗਾ ਇਸ ਚੀਜ਼ ਨੂੰ ਵੀ ਪੈਸੇ ਜਾ ਕਿੱਥੇ ਰਹੇ ਨੇ ਸ਼ਗਨ ਵਾਲੇ ਸ਼ਗਨ ਵਾਲੇ ਪੈਸੇ ਹਾਂ ਸ਼ਗਨ ਦਾ ਪਤਾ ਲੱਗਦਾ ਨਹੀਂ ਅਸੀਂ ਸ਼ਗਨ ਦੇ ਹੀ ਜਾਂਦੇ ਆ ਕਿਤੋਂ ਆਂਦੇ ਨਹੀਂ ਪਏ ਹੈਗੇ ਐ ਸਮਝ ਨਹੀਂ ਆ ਰਿਹਾ ਕਿੱਥੇ ਪੈਸੇ ਜਾਈ ਜਾਂਦੇ ਨੇ ਉਹ ਹਿਸਾਬ ਕਰਦਾ ਪਿਆ ਸੀਗਾ ਅੱਜ ਮੈਂ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਹਾਏ ਹਾਏ ਕੀ ਕਰੀ ਜਾਂਦੇ ਪਏ ਹੋ ਦੱਸੂਗੇ ਤਾਂ ਪਤਾ ਲੱਗੂਗਾ ਕੀ ਸ਼ਗਨ ਕੀ ਪੈਸੇ ਲਾਏ ਕੀ ਆਂਦਾ ਜਾਂਦਾ ਕਰੀ ਜਾਂਦੇ ਹੋ ਬਾਜ਼ਾਰ ਤਾਂ ਹੀ ਪਾਈ ਜਾਂਦੇ ਹੋ ਯਾਰ ਮੈਂ ਬਾਜ਼ਾਰ ਤਾਂ ਨਹੀਂ ਪਾਉਂਦਾ ਪਿਆ ਤੂੰ ਇੱਕ ਕੰਮ ਕਰ ਇੱਕ ਲਿਸਟ ਬਣਾ ਉਹਨਾਂ ਰਿਸ਼ਤੇਦਾਰਾਂ ਦੀ ਲਿਸਟ ਬਣਾ ਜਿਨ੍ਹਾਂ ਘਰੇ ਆਪਾਂ ਜਾਂਦੇ ਹਾਂ ਅਤੇ ਅਗਲੇ ਸਾਡੇ ਬੱਚੇ ਨੂੰ 200 ਅਤੇ 500 ਸ਼ਗਨ ਦਿੰਦੇ ਨੇ ਅਤੇ ਉਹਨਾਂ ਰਿਸ਼ਤੇਦਾਰਾਂ ਨੂੰ ਲਿਸਟ 'ਚੋਂ ਬਾਹਰ ਕੱਢ ਦੇ ਜਿਹੜਾ ਟੁੱਟੇ ਜਿਹੇ ਮੂੰਹ ਨਾਲ ਟੁੱਟਾ ਜਿਹਾ 100 ਦਾ ਨੋਟ ਫੜਾ ਦਿੰਦੇ ਨੇ ਹਾਏ ਹਾਏ 200 ਵਾਲੇ ਰਿਸ਼ਤੇਦਾਰ 500 ਵਾਲੇ ਰਿਸ਼ਤੇਦਾਰ 100 ਵਾਲੇ ਟੁੱਟੇ ਕੀ ਮਤਲਬ ਕਹਿਣਾ ਕਿ ਜਾਂਦੇ ਮੈਨੂੰ ਸਮਝਾਓਗੇ ਤਾਂ ਪਤਾ ਲੱਗੂਗਾ ਦੱਸੋ ਮੈਨੂੰ ਯਾਰ ਮੇਰੀ ਗੱਲ ਸੁਣ ਜਦੋਂ ਆਪਾਂ ਕਿਸੇ ਰਿਸ਼ਤੇਦਾਰ ਘਰੇ ਜਾਂਦੇ ਹਾਂ ਘੱਟੋ ਘੱਟ 100 ਰੁਪਏ ਦਾ ਤਾਂ ਮੋਟਰਸਾਈਕਲ ਦਾ ਤੇਲ ਲੱਗਦਾ ਕਿ ਨਹੀਂ ਲੱਗਦਾ ਹਾਂ ਹਾਂ ਲੱਗ ਹੀ ਜਾਂਦਾ ਇੰਨਾ ਕੁ ਤਾਂ ਫਿਰ ਅਗਲਾ ਉਹੀ 100 ਰੁਪਏ ਸਾਡੇ ਬੱਚੇ ਨੂੰ ਫੜਾ ਦਿੰਦਾ ਹੈ ਹੈਲੋ ਬੇਟਾ ਸ਼ਗਨ ਫਾਇਦਾ ਕੀ ਹੋਇਆ 100 ਰੁਪਏ ਦਾ ਤੇਲ ਲੱਗ ਗਿਆ 100 ਰੁਪਏ ਉਹਨੇ ਸ਼ਗਨ ਦੇ ਤਾ ਆਪਾਂ ਨੂੰ ਬਚਿਆ ਕੀ ਉੱਪਰੋਂ ਦੋ ਦਰਜਨ ਕੇਲੇ ਕਿਲੋ ਸੇਬ ਅੰਬ ਸਭ ਕੁਛ ਲੈ ਜਾਂਦੀ ਹੈ ਉਹਦਾ ਵੀ ਤਾਂ ਘਾਟਾ ਪੈਂਦਾ ਕਿ ਨਹੀਂ ਪੈਂਦਾ ਓਹੋ ਅੱਜ ਕੱਲ੍ਹ ਪਤਾ ਕੰਮ ਕਰ ਵੀ ਉਹੋ ਜਿਹੇ ਨੇ ਤਾਂ ਕਰਕੇ ਸਾਰੇ 50-100 ਰੁਪਇਆ ਕਰਕੇ ਦੇ ਦਿੰਦੇ ਨੇ ਹੁਣ ਜਦੋਂ ਪਹਿਲਾਂ ਕੰਮ ਕਰ ਸੋਹਣੇ ਹੁੰਦੇ ਸੀਗੇ ਉਦੋਂ ਵੀ ਤਾਂ ਲੋਕੀ 200-500 ਫੜਾਉਂਦੇ ਹੀ ਸੀਗੇ ਨਾ ਸਗੋਂ ਅੱਜ ਦੇ ਟਾਈਮ 'ਚ ਕਿਸੇ ਦੇ ਘਰੇ ਚਲ ਜਾਓ ਨਾ ਉਹ ਖੁਸ਼ ਹੋ ਕੇ ਚਾਹ ਪਾਣੀ ਪੁੱਛ ਲਵੇ ਇਹੀ ਬਹੁਤ ਵੱਡੀ ਚੀਜ਼ ਹੁੰਦੀ ਤੁਸੀਂ ਤਾਂ ਪਤਾ ਨਹੀਂ ਕੀ ਗੱਲਾਂ ਲੈ ਕੇ ਬਹਿ ਗਏ ਹੋ ਸ਼ਗਨਾਂ ਉਹ ਜਦੋਂ ਸਾਡੇ ਘਰੇ ਵੀ ਕੋਈ ਆਉਂਦਾ ਅਸੀਂ ਵੀ ਤਾਂ ਦਿੰਦੇ ਹੀ ਹਾਂ ਅਸੀਂ ਤਾਂ ਐਵੇਂ 200 ਦਾ ਸੰਤਰੀ ਰੰਗ ਦਾ ਨੋਟ ਅਗਲੇ ਨੂੰ ਫੜਾ ਦਿੰਦੇ ਹਾਂ ਅਲੇ ਬੇਟਾ ਸਾਡਾ ਪਿਆਰ ਅਗਲੀਆਂ ਵਾਲੀ ਪਿਆਰ 100 ਰੁਪਏ ਦਾ ਹੀ ਰਹਿ ਜਾਂਦਾ ਹੈ ਹੈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਪਹਿਲਾਂ ਇਹ ਦੱਸੋ ਤੈਨੂੰ ਪਤਾ ਹੈ ਸਰਕਾਰ ਨੇ 200 ਦਾ ਨੋਟ ਕਿਉਂ ਬਣਾਇਆ ਹਾਂ ਦੱਸੋ ਕਿਉਂ ਬਣਾਇਆ ਕਿਉਂਕਿ 500 ਦੇਣ ਲੱਗੇ ਰਿਸ਼ਤੇਦਾਰਾਂ ਨੂੰ ਪੈਂਦੀ ਸੀ ਮੌਤ 100 ਦੇਣ ਲੱਗੇ ਅਗਲੇ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਸੀਗੀ ਤਾਂ ਸਰਕਾਰ ਨੇ 200 ਦਾ ਨੋਟ ਬਣਾਤਾ ਪਰ ਕਈ ਰਿਸ਼ਤੇਦਾਰ ਇਹੋ ਜਿਹੇ ਨੇ ਜਿਹੜੇ ਹੱਲੇ ਵੀ 200 ਦਾ ਨੋਟ ਜ਼ਬਤ ਕਰਕੇ ਬੈਠੇ ਨੇ ਤੇ 100 ਹੀ ਦਿੰਦੇ ਨੇ ਮੈਂ ਉਹਨਾਂ ਰਿਸ਼ਤੇਦਾਰਾਂ ਨੂੰ ਅੱਜ ਲਿਸਟ 'ਚੋਂ ਬਾਹਰ ਕੱਢਣਾ ਚਾਹੁੰਦਾ ਬਸ ਜੋ ਮਰਜ਼ੀ ਹੋ ਜਾਵੇ ਫਿਰ ਤਾਂ ਨਾ ਤੁਸੀਂ ਆਪਦੇ ਰਿਸ਼ਤੇਦਾਰਾਂ ਨੂੰ ਪਹਿਲਾਂ ਕੱਢੋ ਬਾਹਰ 100-100 ਰੁਪਈਏ ਵਾਲੇ ਸਾਰੇ ਮੇਰੇ ਪੇਕਿਆਂ ਨੇ ਤੁਹਾਨੂੰ ਯਾਦ ਨਹੀਂ ਸ਼ਿਵੂ ਦੇ ਬਰਥਡੇ ਤੇ ਕਿਸੇ ਨੇ 1100 ਤੇ ਕਿਸੇ ਨੇ 500 ਰੁਪਇਆ ਪਾਇਆ ਸੀ ਉਹ ਮੇਲੇ ਪੇਤੇ ਉਹ 500 ਦਾ ਨੋਟ ਨਾ ਤੇਰੀ ਮਾਸੀ ਨੇ ਦਿੱਤਾ ਸੀਗਾ ਤੇ ਤੇਰੀ ਮਾਸੀ ਦੇ 4 ਜਵਾਕ ਨੇ 400 ਰੁਪਈਆ 100-100 ਰੁਪਈਆ ਐਂ ਗਿਣ ਕੇ ਦੇ ਕੇ ਆਇਆ ਸੀਗਾ ਉਹਨਾਂ ਨੂੰ 500 ਉਹਨਾਂ ਨੇ ਸਾਨੂੰ ਦਿੱਤਾ ਆਪਾਂ ਨੂੰ ਕੀ ਬਚਿਆ ਦੱਸ ਜਰਾ ਆਪਾਂ ਨੂੰ 100 ਰੁਪਏ ਬਚਿਆ ਫਿਰ ਤੇ ਉਹੀ 100 ਦਾ ਤੇਲ ਪਵਾ ਲਿਆ ਸੀਗਾ ਆਪਾਂ ਨੂੰ ਕੀ ਮਿਲਿਆ ਮੁੰਡੇ ਦੇ ਜਨਮ ਦਿਨ ਦਾ ਸਗੋਂ ਕੇਕ ਦੇ ਕੇ ਆਏ ਅਲੱਗ ਪੇਸਟੀਆਂ ਬਿਸਕੁਟ ਹੋਰ ਪਤਾ ਨਹੀਂ ਕੀ ਕੁਛ ਲੈ ਗਏ ਸੀਗੇ ਉਹਦੇ ਹੱਲੇ ਪੈਸੇ ਨਹੀਂ ਪੂਰੇ ਹੋਏ ਉਹ ਮੇਰੀ ਕਮੇਟੀ ਵਾਲੀ ਆਂਟੀ ਇੱਕੋ ਹੀ ਮਾਸੀ ਦਾ 500 ਰੁਪਇਆ ਦਿਖੀ ਜਾਂਦਾ ਪਿਆ ਕਿਸੇ ਨੇ 1100 ਰੁਪਇਆ ਵੀ ਦਿੱਤਾ ਸੀ ਉਧਰ ਲੈ ਉਧਰ ਕਮਾ ਲੈ ਉਧਰ ਲੈ ਉਧਰੇ ਖਰਚੇ 'ਚ ਪੂਰੇ ਕਰ ਲੈ ਪਤਾ ਨਹੀਂ ਕੀ ਕਰੀ ਜਾਂਦੇ ਆ ਕਿਉਂ 1100 ਵਾਲਾ ਉਧਰ ਤੇ 500 ਵਾਲਾ ਉਧਰ ਕਰ ਲੈ ਮੈਂ 1100 500 200 ਵਾਲੇ ਅਲੱਗ ਰੱਖਣੇ ਆ 100 ਵਾਲਾ ਲਿਸਟ 'ਚੋਂ ਬਾਹਰ ਕੱਢਣਾ ਹੈ ਬਸ ਹਿਸਾਬ ਆ ਯਾਰ ਅਸੀਂ 1100 ਵਾਲਿਆਂ ਦੇ ਘਰੇ ਜਾਵਾਂਗੇ ਤੇ ਉਹਨਾਂ ਨੂੰ 1100 ਦੇ ਹਿਸਾਬ ਨਾਲ ਸ਼ਗਨ ਪਾ ਕੇ ਆਵਾਂਗੇ 500 ਵਾਲਿਆਂ ਦੇ ਘਰੇ ਜਾਵਾਂਗੇ 500 ਦੇ ਹਿਸਾਬ ਨਾਲ ਦੇ ਕੇ ਆਵਾਂਗੇ 200 ਵਾਲਿਆਂ ਦੇ ਘਰੇ 200 ਹਿਸਾਬ ਨਾਲ 100 ਵਾਲਿਆਂ ਦਾ ਤਾਂ ਮੈਂ ਗੇਟ ਤੱਕ ਨਹੀਂ ਐਟਾ ਖੜਕਾਉਣ ਜਾਣਾ ਨਾ ਮੇਰੇ ਘਰੇ ਕੋਈ 100 ਵਾਲਾ ਆਵੇ ਬਸ ਗੱਲ ਖਤਮ ਮੁੰਡੇ ਦਾ ਜਨਮ ਦਿਨ 4 ਮਾਰਚ ਨੂੰ ਨਿਕਲ ਗਿਆ ਏ ਜੂਨ ਦਾ ਮਹੀਨਾ ਚੱਲ ਰਿਹਾ ਏ 3 ਮਹੀਨੇ ਬਾਅਦ ਪਤਾ ਨਹੀਂ ਇਸ ਆਦਮੀ ਨੂੰ ਕੀ ਨਜ਼ਰ ਆਇਆ ਜਿਹੜਾ ਹਿਸਾਬ ਕਰਨ ਬਹਿ ਗਿਆ ਵੀ ਸਕੈਚ ਪੈਨ ਦੇ ਨਾਲ ਹੁਣ ਕਰਨਾ ਕੀ ਹੈ ਮੈਨੂੰ ਦੱਸੋ ਸਮਝਾਉਂਦੇ ਪਏ ਨਹੀਂ ਆਏ ਹਾਏ ਤੱਤੀ ਕਿਉਂ ਨਹੀਂ ਪਈ ਹੈ ਮੇਰੇ ਦਿਮਾਗ 'ਚ 2 ਸਕੀਮਾਂ ਨੇ ਦੋਨੋਂ ਸਕੀਮਾਂ ਤੈਨੂੰ ਮੈਂ ਵਾਰੀ ਵਾਰੀ ਦੱਸ ਦਵਾਂ ਜਿਹੜੀ ਸਕੀਮ ਤੈਨੂੰ ਵਧੀਆ ਲੱਗੀ ਉਹ ਸਕੀਮ ਆਪਾਂ ਲਾਇਆ ਕਰਾਂਗੇ ਅੱਜ ਤੋਂ ਬਾਅਦ ਬੋਲ ਦੱਸਾਂ ਦੱਸ ਦੋ ਫਿਰ ਲਾਉਣ ਵਾਲੀ ਹੋਈ ਸਕੀਮ ਤਾਂ ਲਾ ਲਾਂਗੇ ਨਹੀਂ ਤਾਂ 100 ਰੁਪਏ ਵਾਲਿਆਂ ਨੂੰ ਮਨਾ ਕਰ ਦਾਂਗੇ ਹੋਰ ਕੀ ਕਰੂੰਗੀ ਫਿਰ ਮੈਂ ਤੂੰ ਨਾ ਸ਼ਿਵ ਨੂੰ ਆਪਣੇ ਅੱਗੇ ਬਿਠਾ ਉਹਨੂੰ ਚੰਗੀ ਤਰ੍ਹਾਂ ਇੱਕ ਚੀਜ਼ ਸਿਖਾ ਦੇ ਵੀ ਅਗਰ ਆਪਾਂ ਕਿਸੇ ਦੇ ਘਰੇ ਜਾਈਏ ਤੇ ਉਹ ਤੈਨੂੰ 100 ਰੁਪਏ ਸ਼ਗਨ ਦੇਵੇ ਤੂੰ ਦੇਖ ਕੇ ਉਹਦੇ ਵੱਲ ਵਧੀ ਕਰਨਾ
ना 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 ਹੁਣ ਬੱਚੇ ਨੂੰ ਆਹ ਚੀਜ਼ਾਂ ਸਿਖਾਉਂਦੀ ਫਿਰੂੰਗੀ ਹੁਣ 200-500 ਦਾ ਵੀ ਦੱਸ ਦੋ ਕਿ ਬੱਚੇ ਕੋਲ ਕੀ ਕਰਾਉਣਾ ਆ ਹੈ ਸਮਝਦਾਰ ਹੈ 200 ਵੇਲੇ ਤੂੰ ਉਹਨੂੰ ਕੀ ਕਹਿਣਾ ਜਦੋਂ ਉਹਨੂੰ ਕੋਈ 200 ਸ਼ਗਨ ਦੇਵੇ ਨਾ ਟੁੱਟਾ ਜਾ ਮੂੰਹ ਬਣਾ ਕੇ ਚੱਲੋ ਪਾਪਾ ਮੰਮਾ ਠੀਕ ਹੈ ਤੇ 500 ਮੇਰੀ ਜਦੋਂ ਉਹਨੂੰ ਪਤਾ ਲੱਗ ਗਿਆ ਨਾ ਵੀ ਕਿਸੇ ਨੇ ਉਹਨੂੰ 500 ਦਾ ਨੋਟ ਦਿੱਤਾ ਹੈ ਉਹ ਬੰਦੇ ਨੂੰ ਟੋਰ ਨਾ ਚਫੀ ਪਾੜੇ ਦੋ ਕੁ ਚੁੰਮੀਆਂ ਕਰਕੇ ਫੇਰ ਆਵੇ ਠੀਕ ਹੈ ਆਹ ਚੀਜ਼ਾਂ ਹੁਣ ਤੂੰ ਸ਼ਿਵ ਨੂੰ ਸਿਖਾਣੀਆਂ ਨੇ ਇਹ ਮੇਰੀ ਪਹਿਲੀ ਸਕੀਮ ਹੈ ਯਾਰ ਮੈਨੂੰ ਪਹਿਲੀ ਸਕੀਮ ਤਾਂ ਤੁਹਾਡੀ ਪਸੰਦ ਨਹੀਂ ਆਈ ਪਤਾ ਕਿ ਇਹ ਚੀਜ਼ਾਂ ਸਿਖਾਉਣ ਵਾਸਤੇ ਨਾ ਬੱਚੇ ਨੂੰ 2 ਮਹੀਨੇ ਦਾ ਟਾਈਮ ਇਹਨੂੰ ਚਾਹੀਦਾ ਤੁਸੀਂ ਦੂਜੀ ਹੋਈ ਦੱਸੋ ਕਿ ਪਤਾ ਦੂਜੀ ਕੰਮ ਦੀ ਹੋਵੇ ਦੂਜੀ ਸਕੀਮ ਵੀ ਟਾਈਮ ਲੱਗੂਗਾ ਪਰ ਹੈ ਉਹ ਕੰਮ ਦੀ ਹੈ ਜੇ ਤੂੰ ਕਹੇ ਮੈਂ ਤੈਨੂੰ ਉਹ ਵੀ ਦੱਸ ਦਿੰਦਾ ਵਾਂ ਹਾਂ ਹਾਂ ਦੱਸੋ ਦੂਜੀ ਸਕੀਮ ਯਾਰ ਇਹ ਹੈ ਮੈਂ ਸੋਚਦਾ ਸੀ ਆਪਾਂ ਦੂਜਾ ਜਵਾਕ ਨਾ ਕਰ ਲਈਏ ਦੂਜਾ ਜਵਾਕ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਹੁਣ ਉਹਨੇ ਕੀ ਕਰਨਾ ਆ ਕੇ ਉਹਨੇ ਕੀ ਕਰਨਾ ਉਹ ਕਮਲੀ ਉਹਨੇ ਹੀ ਤਾਂ ਸਾਰਾ ਕੁਝ ਕਰਨਾ ਹੈ ਜਦੋਂ ਆਪਾਂ ਕਿਸੇ ਦੇ ਘਰੇ ਇੱਕ ਬੱਚਾ ਲੈ ਕੇ ਜਾਂਦੇ ਹੋ ਇੱਕ ਬੱਚੇ ਨੂੰ 100 ਰੁਪਏ ਦਿੰਦੇ ਨੇ ਆਪਾਂ 2 ਬੱਚੇ ਲੈ ਕੇ ਜਾਵਾਂਗੇ ਉਹ 2 ਬੱਚਿਆਂ ਨੂੰ 100-100 ਰੁਪਏ ਦੋਗੇ 200 ਰੁਪਏ ਛਕਣ ਮਿਲ ਗਿਆ 100 ਰੁਪਏ ਤੇਲ ਦਾ ਖਰਚਾ ਨਿਕਲ ਗਿਆ 100 ਰੁਪਏ ਆਪਾਂ ਨੂੰ ਬਚ ਗਿਆ ਮਾਰਨ ਬਹੁਤ ਹੀ ਅੱਗ ਲੱਗੀ ਨਾ ਕੱਲਾ ਹੀ ਜੰਮੀ ਜਾ ਜਵਾਕ ਮੈਂ ਚੱਲੀ ਆ ਭਾਂਡੇ ਮਾਂਜਣ ਵਾਲੇ ਤੇ ਘਰ ਦਾ ਕੰਮ ਪਿਆ ਮੈਂ ਪਤਾ ਨੀ ਕਿਹੜਾ ਹਿਸਾਬ ਲੈ ਕੇ ਬੈਠੇ ਆ ਫੂਕਣਾ 500-200 ਲਾਈ ਹੋਈ ਆ ਜੀਜੇ ਨੇ ਕਿੰਨਾ ਸ਼ਗਨ ਦਿੱਤਾ ਉਹ ਲਿਖਿਆ ਹੋਇਆ ਆਪਾਂ ਵੀ ਫਿਰ ਉਸ ਹਿਸਾਬ ਦਾ ਦੇ ਕੇ ਆਣਾ ਨਾ ਆਹ